ਲੈਟ ਫੜੀ ਸੂ ਅਵੇ ਹਾਜ਼ ਯੂਅਰ ਫੀਲਿੰਗ ਅਵੇ ਹਾਈ ਅਵੇ ਹਾਜ਼ ਯੂਅਰ ਫੀਲਿੰਗ ਅਵੇ ਦਿਸ ਰੂਮ ਸੀ ਯੂ ਲਵ ਦ ਕਾਰ ਦੇਰ ਆਰ ਟੂ ਕਾਰਸ ਬ੍ਰੋ ਯੈਸ ਬ੍ਰਦਰ ਬਟ ਦਿਸ ਇਜ਼ ਇਲੂਮਿਨਾਟੀ ਹੈਲੋ ਇਸ ਇਜ਼ ਸੈਟਨਿਕ ਰੂਮ ਸੋ ਡੋਨਟ ਵਰੀ ਬ੍ਰੋ ਲੈਟ ਮੀ ਡੂ ਸਮ ਮੈਜਿਕ ਯੋ ਯੋ ਹਨੀ ਸਿੰਘ ਇੱਥੇ ਤੈਨੂੰ ਸੁਣਾਉਂਦਾ ਮੈਂ ਓ ਯਾਰ ਇਹ ਸਟਾਰਟ ਕਿੱਥੋਂ ਹੋਣਾ ਹੋ ਗਈ ਬਾਬਿਆ ਆ ਵੇ ਫੜਕਾ ਜਾ ਓ ਯਾਰ ਸਿਗਨਲ ਤੇ ਆ ਰਹੇ ਆ ਬਸ ਇਧਰ ਨਹੀਂ ਚੱਲ ਓ ਬਾਬਿਆ ਖਰਾਬ ਦੀ ਮੈਂ ਨਹੀਂ ਨਹੀਂ ਉਹ ਵੇ ਉਹ ਲੈਟ ਆਈ ਇਥੋਂ ਲੈਟ ਫੜੀ ਸੂ ਉਹ ਮੈਂ ਪਿੱਛੋਂ ਇਥੇ ਅੰਦਰ ਕਿਤੇ ਗਿਆ ਬਾਬੇ ਆ ਦੀ ਨਮਾਜ਼ ਪੜਨ ਆਇਆ ਕਿ ਇਹਨਾਂ ਨੂੰ ਪੂਜਣ ਆਇਆ ਚੱਲ ਨਹੀਂ ਐ ਇਹ ਇਥੇ ਆਪਣੀ ਮਸਜਿਦ ਬਣਾ ਲਈਏ ਯਾਰ ਆ ਅਸੀਂ ਖੁੱਲੀ ਜਗ੍ਹਾ ਬਾ ਠੀਕ ਹੈ ਸਾਇਦ ਤੇ ਕਰਨ ਨਹੀਂ ਲੈ ਗਿਆ ਯਾਰ ਬਾਬੇ ਵੈਨ ਯੂ ਡੋਨਟ ਹੈਵ ਜਾਇ ਨਮਾਜ਼ ਤੋ ਅਭੀ ਓਏ ਰੁਕ ਜਾ ਭਰਾਵਾ ਅਭੀ ਸੁਦੇ ਆਵਾਜ਼ ਨਹੀਂ ਆਈ ਕੀ ਪੁੱਛੀ ਮੈਂ ਇਹ ਕਿਹਾ ਭਾਜੀ ਆਪਨੇ ਨਮਾਜ਼ ਪੜ੍ਹ ਦਿੱਤਾ ਤੇਰਾ ਕੀ ਖਿਆਲ ਹੈ ਈਦ ਦੀ ਮੈਨੂੰ ਤਾਂ 4 ਸਾਲ ਹੋ ਗਏ ਮੈਂ ਕਿਹਾ ਬਜ਼ਰ ਹੀ ਨਾ ਹੋ ਜੇ ਅੱਛਾ ਅੱਛਾ ਬਿਲਕੁਲ ਸੁਦਿਆ ਮੈਂ ਵੀ ਇਨਵਾਈਸ ਸਵਾਲ ਪੁੱਛਿਆ ਸੀ ਮੈਨੂੰ ਬੜਾ ਹੀ ਕਹਿੰਦਾ ਹੈ ਕਹਿੰਦਾ ਹੈ ਕਿ ਓਏ ਉਹ ਬੈਗ ਥੱਲੇ ਪਹਿਲੇ ਖੁਤਬਾ ਨਹੀਂ ਹੁੰਦਾ ਪਹਿਲੇ ਨਮਾਜ਼ ਹੁੰਦੀ ਹੈ ਉਹ ਮੈਂ ਕਿਹਾ ਓਕੇ ਸੱਚ ਕਰ ਲਓ ਯਾਰ ਹੈ ਮਰਬੀ ਭਾਈ ਕੋ ਸੱਚ ਕਰ ਲਈਏ ਨਹੀਂ ਨਹੀਂ ਰਹਿਣ ਦੇ ਭਰਾਵਾ ਔਰ ਰਹਿਣ ਦੇ ਤਾਂ ਉਹਦੀ ਜਾਨ ਕਿਉਂ ਨਹੀਂ ਛੱਡਦਾ ਚਲੋ ਨਮਾਜ਼ ਪੜ੍ਹ ਲਈਏ ਓਕੇ ਆਇਆ